ਅਸਲਾਮੁਆਲੇਕਮ ਜੀ ਵਾਅਲੇਕਮ ਸਲਾਮ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਲਾ ਆਸਾਨ ਕੀ ਨਾਮ ਆ ਜੀ ਤੁਹਾਡਾ ਅਬਦਲ ਕਾਦਰ ਤੁਹਾਡੇ ਬਾਲ ਦਾ ਕੀ ਨਾਮ ਆ ਬੀਨੂਮਨ ਤੇ ਤੁਹਾਡੇ ਦਾਦਾ ਜੀ ਦਾ ਵੀਰਾ ਅੱਛਾ ਜੀ ਤੇ ਕਿਹੜੀ ਕੌਮ ਨਾਲ تعلق ਤੁਹਾਡਾ ਬਥਰਾ ਬਥਰੇ ਜੱਟ ਹਾਂ ਐਸ ਚੱਕ ਦਾ ਕੀ ਨਾਮ ਆ ਜਿੱਥੇ ਆਪਾਂ ਬੈਠੇ ਆ ਇਹ 38 14 ਐਲ ਅੱਛਾ ਜੀ ਤੇ ਹਿੰਦੁਸਤਾਨ ਦੇ ਵਿੱਚੋਂ ਕਿਹੜੇ ਜ਼ਿਲ੍ਹੇ ਚੋਂ ਆਏ ਤੁਸੀਂ ਕਜੀ ਅਜੰਦਸਤਾਨ ਦਾ ਜੀ ਬੋਗੇ ਵਾਲੇ ਪਿੰਡ ਪਿੰਡ ਪਹਿਲੇ ਬੋਗੇ ਵਾਲਾ ਸੀ ਤੇ ਜ਼ਿਲ੍ਹਾ ਜ਼ਿਲ੍ਹਾ ਪਰੋਇਪੁਰ ਤਹਿਸੀਲ ਤਹਿਸੀਲ ਪਰੋਇਪੁਰ ਤਹਿਸੀਲ ਜੀਰਾ ਜੀਰਾ ਅ ਅੱਛਾ ਜੀ ਨਾ ਪਿੰਡ ਸੀ ਤੁਹਾਡਾ ਬੋਗੇ ਵਾਲਾ ਆਹੋ ਉਹਦੇ ਲਾਗੇ-ਲਾਗੇ ਪਿੰਡ ਕਿਹੜੇ-ਕਿਹੜੇ ਸੀ ਉਹਦੇ ਲਾਗੇ-ਲਾਗੇ ਪਿੰਡ ਸੀ ਜਨਾਬ ਜੀ ਮੈਂ ਦੱਸਦਾ ਖੰਨਾ ਅੱਛਾ ਜੀ ਆਹੋ ਤੇ ਹੰਦਾਰਪੁਰ ਅੱਛਾ ਜੀ ਸਗੇੜੇ ਅੱਛਾ ਜੀ ਆ ਜੀ ਤੇ ਔਰ ਹਾਂ ਤੁਸੀਂ ਕਿਹੜੇ ਤੇ ਅੱਲਾਹ ਖਾਣਾ ਖਾਣਾ ਸਿਘੇੜੇ ਮਡਾਰ ਅੱਛਾ ਜੀ ਮਡਾਰਾ ਵਾਲਾ ਅੱਛਾ ਜਿਹੜਾ ਤੁਹਾਡਾ ਪਿੰਡ ਸੀਗਾ ਬੋਕੇ ਵਾਲਾ ਆਹੋ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਕੌਮਾਂ ਰਹਿੰਦੀਆਂ ਸੀ ਉਹਦੇ ਜੋ ਕੋਈ ਮਰਾਸੀ ਵੀ ਸੀ ਅੱਛਾ ਜੀ ਤੇ ਸਾਈ ਵੀ ਸੀ ਅੱਛਾ ਜੀ ਛੂੜੇ ਬੋਣ ਸਿੱਖ ਜਾਂ ਹਿੰਦੂ ਹੈਗੇ ਸੀਗੇ ਨਹੀਂ ਜੂੜੇ ਬਹੁਤ ਹੀ ਹੈਗੇ ਜੀ ਕਾਏ ਇੱਕ ਹੈਗਾ ਸੀ ਸਿੱਖ ਤੇ ਆ ਉਹ ਦੂਜਾ ਹੈ ਹਿੰਦੂ ਹਿੰਦੂ ਦੁਕਾਨਦਾਰ ਅੱਛਾ ਅੱਛਾ ਖੱਤਰੀ ਕਾਸੀ ਕਾਸੀ ਖੱਤਰੀ ਕਾਸੀ ਖੱਤਰੀ ਹਾਂ ਅੱਛਾ ਅੱਛਾ ਉਹਨਾ ਉਹ ਜੀ ਉੱਥੇ ਕਿੰਨੀ ਉਮਰ ਸੀ ਜਦੋਂ ਤੁਸੀਂ ਉੱਥੋਂ ਆਏ ਆ ਮੇਰੀ 15 ਸਾਲ ਅੱਛਾ ਜੀ 15 ਅੱਛਾ ਉਹਦਾ ਪਿੰਡ ਸੀਗਾ ਬੋਗੇ ਵਾਲਾ ਹਾਂਜੀ ਉਹਦੇ ਵਿੱਚ ਤੁਸੀਂ ਕੀ ਕੰਮ ਕਾਜ ਕਰਦੇ ਸੀ ਜ਼ਿਮੀਂਦਾਰ ਆ ਜੀ ਅੱਛਾ ਜੀ ਖੂਗ ਖੂਗੋਂ ਨੇ ਜੀ ਪਾਣੀ ਨਾਉਣੀ ਪੈਲੀ ਜੀ ਅੱਛਾ ਕਿੰਨੀ ਪੈਲੀ ਸੀ ਉੱਥੇ ਤੁਹਾਡੀ ਤੇ 7 ਕਿੱਲੇ ਅੱਛਾ ਅੱਛਾ ਤੇ ਖੂ ਕਿੰਨੇ ਸੀ ਪਿੰਡ ਚ ਖੂ ਬਹੁਤ ਪੱਚੀ 30 ਖੂ ਬਹੁਤ ਅੱਛਾ 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 ਤੇ ਜਿਹੜੇ ਉੱਥੇ ਮਰਾਸੀ ਰਹਿੰਦੇ ਸੀਗੇ ਜਾਂ ਸਾਈ ਰਹਿੰਦੇ ਸੀ ਚੂੜੇ ਆਹੋ ਉਹ ਕੋਈ ਜਾਣਦਾ ਸੀ ਕੋਈ ਨਾਂ ਨੂੰ ਆਉਂਦਾ ਕਿਸੇ ਦਾ ਆਉਂਦਾ ਕੀ ਜੀ ਜੀ ਲੱਭੂ ਅੱਛਾ ਜੀ ਗੁੱਲੂ ਅੱਛਾ ਜੀ ਹਾਂ ਤੇ ਇੱਕ ਦੂਜਾ ਇਹ ਜਿਹੜਾ ਮਰਾਸੀ ਸਾਡਾ ਸੀ ਉਹ ਆਲਾ ਦਾਦ ਅੱਛਾ ਜੀ ਹਾਂ ਉਹ ਆ ਕੇ ਕੋਠੇ ਰਹਿ ਗਏ ਆ ਗਿਆ ਸੀ ਜੋ ਮਰ ਗਿਆ ਵਾ ਅੱਛਾ 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 ਜਿਹੜੇ ਤੁਹਾਡਾ ਪਿੰਡ ਸੀਗਾ ਉਹਦੇ ਲਾਗੇ-ਲਾਗੇ ਜਿਹੜੇ ਪਿੰਡ ਸੀ ਉਹਨਾਂ ਚ ਕੋਈ ਸਿੱਖਾਂ ਦਾ ਪਿੰਡ ਵੀ ਹੈਗਾ ਸੀ ਹਾਂ ਹਾਂ ਕਿਹੜਾ ਜੀ ਇਹ ਮੇਲਗੰਦਰਾ ਅੱਛਾ ਜੀ ਹਾਂ ਜੀ ਮੇਰੇ ਨਾਲ ਪੜਦੇ ਰੇ ਮੇਲਗੰਦਰਾ ਦੇ ਮੁੰਡੇ ਸਿੱਖਾਂ ਦੇ ਹਾਂ ਸ਼ਾਮ ਲਾਲ ਬੂਟਾ ਬਸੰਤ ਸਿੰਘ ਮਜੀਠ ਸਿੰਘ ਅੱਛਾ 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 ਤੇ ਸਕੂਲ ਕਿੱਥੇ ਸੀਗਾ? ਚੂਰ ਬੋਗੇ ਆਲੇ। ਅੱਛਾ ਬੋਗੇ, ਚੂਰ ਬੋਗੇ ਆਲੇ। ਅੱਛਾ ਜੀ। ਤੇ ਪਿੰਡ 'ਚ ਮਸਜਿਦ ਹੈਗੀ ਸੀ? ਹੈਗੀ ਜੀ। ਅੱਛਾ। ਤੇ ਜਦੋਂ 47 'ਚ ਪਾਕਿਸਤਾਨ ਬਣਿਆ? ਹਾਂ ਜੀ। ਤੁਹਾਨੂੰ ਕਿੱਦਾਂ ਪਤਾ ਲੱਗਿਆ ਪਾਕਿਸਤਾਨ ਬਣੇ ਦਾ? ਵਾਜੇ ਜੀ ਬਿਸਤਰ ਰਾਜ ਮੰਨ ਦੱਸਣ ਲੱਗ ਪਏ। ਅੱਛਾ ਜੀ। ਜਿੰਨਾ ਕਰ ਲਾ ਪਾਏਗੇ ਇਦਾਂ। ਆਪਾਂ ਉੱਠ ਜਾਣਾ ਦੀਏ ਸ। ਆਪਾਂ ਉਧਰ ਉੱਠ ਜਾਣਾ ਉਹਨਾਂ ਇੱਥੇ ਕਹੀਂ ਤੇ ਰਹਿ ਜਾਣਾ। ਅੱਛਾ ਜੀ। ਫਿਰ ਫਿਰ ਜੇ ਸਾਰੇ ਤਿਆਰੀ ਹੋ ਗਈ ਰਾਤ ਬੰਨ ਕੇ ਬਿਸਤਰੇ ਬੰਨ ਬੰਨ ਕੇ ਜੀ ਪੈਂਦਾ ਸੀ ਅਸੀਂ ਜਦੋਂ ਨਿਕਲੇ ਅੱਛਾ ਜੀ ਰਾਤ ਤੇ ਕਿੱਥੇ ਰੁਕੇ ਆ ਕੇ ਅਸੀਂ ਰੁਕੇ ਆ ਕੇ ਆਈ ਪਰੋਇਪੁਰ ਆਹ ਪੁਰਲਮਣੀ ਆ ਕਸੂਰ ਆ ਕਿ ਨਹੀਂ 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 ਉਥੇ ਤੁਹਾਡਾ ਕੈਂਪ ਕੁੰਬ ਕਿੱਥੇ ਲੱਗਿਆ ਕੈਂਪ ਰਾਜ ਲੱਗਦਾ ਹੈ ਅੱਛਾ ਜੀ ਤੇ ਹਮਲਾ ਹਮਲਾ ਤਾਂ ਨਹੀਂ ਹੋਇਆ ਤੁਹਾਡੇ ਤੇ ਬੰਦੇ ਨੇ ਹੁੰਦੇ ਰਹੇ ਹਮਲੇ ਸਾਡੇ ਸਾਡੇ ਦਿਨ ਹੀ ਹੋਈ ਆ ਬਣਾ ਅੱਛਾ ਹਾਂ ਅਸੀਂ ਅੱਲਾਹ ਦੇ ਖੈਰੀ ਮਰੀ ਆਏ ਉਹ ਪਿੰਡ ਤੇ ਹਮਲਾ ਹੋਇਆ ਹੋਵੇ ਜਦੋਂ ਨਿਕਲੇ ਆ ਆਹੋ ਉਹ ਕਰਦੇ ਸੀ ਸਿੱਕ ਕਰਦੇ ਰਹੇ ਬਸ ਅੱਛਾ ਹਾਂ ਕਿ ਸਾਡੀ ਅਸੀਂ ਤੇ ਅੱਲਾਹ ਦੇ ਬੱਚੇ ਸ੍ਰ ਅੱਛਾ ਬਚ ਕੇ ਅੱਲਾਹ ਕਰੇ ਆ ਗਏ ਆ ਗਏ ਅਸੀਂ ਤੇ ਸਹੀ ਅਸੀਂ ਤੁਰਕੇ ਆਏ ਤੁਰਕੇ ਅਸੀਂ ਮੈਂ ਮੈਂ ਆਏ ਤੇ ਖੋਤਾ ਫੜ ਲਿਆ ਉੱਥੇ ਅੱਛਾ ਉਹਦੇ ਉੱਤੇ ਗੰਢੀਆਂ ਦੋ ਰੱਖ ਕੇ ਉੱਥੇ ਬਹਿ ਗਿਆ ਮੈਂ ਤੇ ਕਸੂਰ ਆ ਕੇ ਛੱਡਿਆ ਅੱਛਾ 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 ਮੈਂ ਜੀ ਆਏ ਮੈਂ ਨਹੀਂ ਤੁਰ ਕੇ ਆਇਆ ਤੇ ਰਾਹ ਦੇ ਵਿੱਚ ਤੁਸੀਂ ਜਦੋਂ ਆਏ ਆ ਤੁਸੀਂ ਕੋਈ ਲਾਸ਼ਾਂ ਲੂਸ਼ਾਂ ਤਾਂ ਨਹੀਂ ਦੇਖੀਆਂ ਬਹੁਤ ਕਿ ਮੁਸਲਮਾਨਾਂ ਦੀਆਂ ਘੇਰੀਆਂ ਲਾਈਆਂ ਸੀ ਜਿੱਥੇ ਮਾਰ-ਮਾਰ ਕੇ ਤੁਸੀਂ ਆਪਣੇ ਸਾਹਮਣੇ ਤਾਂ ਨਹੀਂ ਕੋਈ ਮਰਦਾ ਦੇਖਿਆ ਨਹੀਂ ਤੁਹਾਡੇ ਤੋਂ ਪਹਿਲਾਂ ਹੀ ਮਾਰੇ ਪਏ ਸੀ ਪਹਿਲੇ ਮਾਰੇ ਪਏ ਅਸੀਂ ਨਹੀਂ ਵੇਖਿਆ ਅੱਛਾ 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 ਇਹ ਮੈਂ ਝੂਠ ਮਾਰਨਾ ਕੀ ਬੈਠਾ ਅੱਛਾ ਜੀ ਤੇ ਜਦੋਂ ਪਾਕਿਸਤਾਨ ਚ ਆਏ ਆ ਤੁਸੀਂ ਆਹ ਇਧਰ ਆ ਕੇ ਤੇ ਕਸੂਰ ਜਦੋਂ ਆਏ ਕਸੂਰ ਲਾਸ਼ਾਂ ਲੂਸ਼ਾਂ ਤਾਂ ਨਹੀਂ ਹੈਗੀਆਂ ਸੀ ਨਹੀਂ ਕਸੂਰ ਕੋਈ ਇਲਾਜ ਨਹੀਂ ਕਸੂਰ ਸੇ ਅਸੀਂ ਆਏ ਆਂ ਜੇ ਉੱਥੇ ਅੱਗੇ ਬਸ ਥਾਉਂ ਸਈ ਪੰਡੇ-ਪੁੰਡੇ ਪਏ ਸੀ ਥਾਉਂ ਤੇ ਅੱਛਾ ਜੀ ਹਾਂ ਥਾਛਾ ਦਾਛਾ ਰਾਜ ਵਖੀਆਂ ਸੀ ਅੱਛਾ ਜੀ ਜੇ ਇੱਕ ਦੂਜੇ ਤੇ ਨਾ ਚੋਹਾਂ ਨੇੜੇ ਆਪਣੀ ਠੇਰੀਆਂ ਲਾਈਆਂ ਵਿਚਾਰੇ ਮਾਰ-ਮਾਰ ਅੱਛਾ ਜੀ ਉਹ ਅਸੀਂ ਵੀ ਨਹੀਂ ਆਏ ਨਾ ਅੱਜ ਇਹ ਜੋਗੀ ਵਾਲੇ ਜੋਗੀ ਵਾਲਾ ਜੋਗੀ ਵਾਲਾ ਦੇਸ ਹਾਂਜੀ ਉੱਥੇ ਜੋਗੀ ਵਾਲੇ ਅਸੀਂ ਆ ਗਏ ਰਾਤ ઘરે ਜੋਗੇ ਵਾਲਾ ਕਸੂਰ ਅੱਛਾ ਹੋਰ ਨਮਨੇ ਜੋਗੇ ਵਾਲਾ ਅੱਛਾ ਜੀ ਹਿੰਦ斯坦 ਚ ਅੱਛਾ ਹਾਂ ਜਿੱਤੇ ਗੱਡੀ ਜਾਂਦੀ ਦੀਦੀ ਇਧਰ ਫਤੇਗੜ ਐ ਗੱਡੀ ਜਾਂਦੀ ਅੱਛਾ ਜੀ ਗੀਰੀਏ ਲੋ ਇਹ ਗੱਡੀ ਉੱਥੇ ਜਾਂਦੀ ਸੀ ਅੱਛਾ ਉੱਥੇ ਰੁਕੇ ਫੇ ਰਾਤ ਆ ਕੇ ਹਾਂ ਅਸੀਂ ਉੱਥੇ ਰੁਕੇ ਤੇ ਪਾਕਿਸਤਾਨ ਦੇ ਵਿੱਚ ਜਦੋਂ ਕਸੂਰ ਕਸੂਰ ਤੋਂ ਅੱਗੇ ਕਿੱਧਰ ਨੂੰ ਐ ਫਿਰ ਕਸੂਰ ਤੋਂ ਅੱਗੇ ਸ਼ਾਦੀ ਵੀ ਉਹ ਨੀ ਨੀ ਆਰਫ ਆਰਫ ਆਗੇ ਹਾਂ ਅੱਛਾ ਜੀ ਆਰਫ ਤੋਂ ਆ ਕੇ ਫੇ ਇੱਥੇ ਉਹਦਾ ਹੌਲੀ ਹੌਲੀ ਵਾਗ ਵੀ ਜੁੰਦੀ ਜਿਹੜੀ ਨਿੱਕੀ ਜਗ੍ਹਾ ਰੇੜ ਦੇ ਰੇੜ ਦੇ ਇੱਥੇ ਆ ਗਏ ਅੱਛਾ ਜੀ ਹਾਂ ਤੇ ਜਦੋਂ ਕਸੂਰ ਤੋਂ ਲਾ ਕੇ ਇੱਥੇ ਟਿਕਰ ਤੁਸੀਂ ਕਿਸੇ ਸਿੱਖ ਦੀ ਲਾਸ਼ ਤਾਂ ਨਹੀਂ ਦੇਖੀ ਨਹੀਂ ਅਸੀਂ ਨਹੀਂ ਸਿੱਖ ਦੀ ਲਾਸ਼ ਵੇਖੀ ਅੱਛਾ ਜੀ ਤੇ ਇੱਥੇ ਤੁਸੀਂ ਕਿੰਨੀ ਦੇਰ ਬਾਅਦ ਪਹੁੰਚੇ ਪਾਕਿਸਤਾਨ ਬਣਨ ਤੋਂ ਇਸ ਪਿੰਡ 'ਚ ਨਹੀਂ ਬਾਬਾ ਜਰ ਇਹੀ ਪਹੁੰਚੇ ਅੱਛਾ ਅੱਛਾ ਹਾਂ ਨਹੀਂ ਜਦੋਂ ਤੁਸੀਂ ਆਏ ਆ ਉਹ ਸਾਕਾ ਦੀ ਕੋਈ ਨਹੀਂ ਵੇਖੀ ਜਾਂਦੇ ਹੋਏ ਹਾਂ 64 ਚੱਕ ਦੇ ਵਿੱਚ ਜਿੱਥੇ ਤੁਸੀਂ ਆਏ ਆ ਉਹ ਪਿੰਡ ਸਿੱਖਾਂ ਦਾ ਸੀ ਇਹਨਾਂ ਜੱਟਾਂ ਦਾ ਇੱਥੇ ਦੇ ਵਸਿੰਦੇ ਹੀ ਸੀ ਹਾਂ ਹਾਂ ਅੱਛਾ ਅੱਛਾ ਉਹ ਜੱਟ ਛਾੜੀ ਵੀ ਹਾਂਜੀ ਹਾਂਜੀ ਛਾੜੀ ਵੀ ਹਾਂ ਅੱਛਾ ਅੱਛਾ ਦੇਸ਼ ਦੀ ਯਾਦ ਆਉਂਦੀ ਆ ਹਾਂ ਹਾਂ ਸਾਰਿਆਂ ਪਤਾ ਮਿੰਟ ਹੁਣ ਕੋਲ ਮੈਂ ਕਹਾਂ ਦੇਸ਼ ਦੀ ਯਾਦ ਆਉਂਦੀ ਆ ਹੋਰ ਦਿਲ ਕਰਦਾ ਜਾਣ ਨੂੰ ਹਾਂ ਹਾਂ ਜੇ ਆਪਾਂ ਨੂੰ ਜਾਣਾ ਕਿੱਥੇ ਹੁਣ ਇੱਥੇ ਕੀ ਦਿਮਗੋਂ ਦੇ ਦਿਲ ਕਰਦਾ ਵਾ ਹਾਂ ਮੇਰਾ ਚਲੋ ਲੈ ਚਲੀਏ ਹਾਂ ਤੇ ਘਰ ਲੱਭ ਲੂਗੇ ਆਪਣਾ ਹਾਂ ਪਤਾ ਲੱਗ ਜਾਊਗਾ ਘਰ ਦਾ ਹਾਂ ਘਰ ਵੀ ਲੱਭ ਲੂਗਾ ਹਾਂ ਹਰ ਚੀਜ਼ ਦੱਸ ਦੂ ਅੱਛਾ ਹਾਂ ਫਿਰੋਜ਼ਪੁਰ ਗਿਆ ਕਰੇ ਮੈਂ ਫਿਰੋਜ਼ਪੁਰ ਛੱਡ ਕੇ ਕਈ ਵਾਰ 40 ਵਾਰਾਂ ਫਿਰਦਾ ਅੱਛਾ ਜੀ ਮੈਂ ਇਥੋਂ ਕਹਿੰਦੀ ਐ ਇੰਦਰ ਲਈ ਜਿਹੜੀ ਮਰਜ਼ੀ ਪੁੱਛ ਲਾ ਫਿਰੋਜ਼ਪੁਰ ਦੀ ਦੀਰਾ ਮੈਂ ਜਿੱਥੇ ਜਾ ਕੇ ਪਹਿਲੀ ਫਟੇਗਾੜ ਪਾਈ ਤੁਰਾਂ ਦਾ ਜਿਹੜਾ ਮਰਜ਼ੀ ਖਾਣਾ ਇਹ ਗੋਗੇ ਵਾਲਾ ਆ ਗਿਆ ਚੜਦੇ ਰਿਆਂ ਗੱਡੀ ਬਾਹਰ ਨੂੰ ਹੁੰਦੇ ਨੇ ਅੱਛਾ ਹਾਂਜੀ ਹਿਆਰਪੁਰ ਜਲੰਧਰ ਇਧਰ ਵੀ ਕਦੇ ਗਏ ਸੀ ਆ ਚਾਰ ਦਰਿਆਵਾਂ ਪਾਰ ਵੀ ਹਿਆਰਪੁਰ ਚ ਗਏ ਅੱਛਾ ਜਲੰਧਰ ਮੈਂ ਘੋੜੇ ਤੇ ਜਾਂਦਾ ਰਿਆਂ ਜਲੰਧਰ ਅੱਛਾ ਮੇਰਾ ਚਾਚਾ ਵੱਲੋਂ ਸੀ ਉਹ ਸੌਦਾ ਲੈਣ ਜਾਂਦਾ ਰਿਆਂ ਮੈਨੂੰ ਮਗਰ ਬੈ ਕੇ ਮੈਂ ਕੀ ਜਾਂਦਾ ਰਿਆਂ ਜਲੰਧਰ ਮੇਰਾ ਵੇਖਿਆ ਦੀ ਅੱਛਾ 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 ਯਾਨੀ ਕਿ ਜੇ ਉੱਥੇ ਜਾਵੇਂ ਤਾਂ ਆਪਣਾ ਪਿੰਡ ਸਾਰਾ ਲੱਭ ਲੂੰਗਾ ਤੂੰ ਹੈ ਹਾਂ ਪਿੰਡ ਮੈਂ ਲੱਭ ਲੂੰਗਾ ਤੇ ਜੇ ਲੈ ਜੀਏ ਤੈਨੂੰ ਫੇਰ ਹਾਂ ਜਾਣਾ ਹਾਂ ਦਿਲ ਕਰਦਾ ਹੈ ਹਾਂ ਨੈਚਰ ਨੂੰ ਖੁਸ਼ੀ ਜੀ ਹੁੰਦੀ ਹੈ ਜਦੋਂ ਪਿੰਡ ਦੀ ਸੁਣਦੇ ਹਾਂ ਹੂੰ ਚਾ ਜਾ ਚੜ ਜਾਂਦਾ ਪਿੰਡ ਦਾ ਸੁਣ ਕੇ ਹੈ ਹਾਂ ਕਿੱਥੇ ਰਹੇ ਜੰਮ ਬੜਾ ਵੇਆ ਬੰਦੇ ਦਾ ਹੂੰ ਉਹਦਾ ਚਾ ਹੁੰਦਾ ਹੈ ਹਾਂ 10 ਦੇ ਇੱਕ ਮਰ ਗਿਆ ਚਰਾਗ ਇਹ ਵਾਰੇ ਵਾਲਾ ਸੀ ਇੱਥੇ ਮੇਰੇ ਨਾਲ ਪੜਦਾ ਦੂਜੀ ਚ ਉਹ ਮਰਗੇਆ ਉਹਦੇ 55 ਵਿਚ ਹੈ ਅੱਛਾ ਜੀ ਹਾਂ ਉਹ ਮਰਗੇਆ ਚਰਾਗ ਹਾਜੀ ਅੱਛਾ ਇਹ ਬੇਲੀ ਸੀ ਤੁਹਾਡੇ ਸਿੱਖ ਕਲਾਸ ਬੇਲੀ ਹਾਂ ਇਹ ਬੇਲੀ ਸੀ ਕਿੰਨੀਆਂ ਕਲਾਸਾਂ ਪੜ੍ਹੇ ਤੁਸੀਂ ਮੈਂ 6ਵੀਂ 7ਵੀਂ ਉੱਥੇ ਹਾਂ ਉੱਥੇ ਕਿਤੇ ਦੋ ਤੇ ਦੂਜੀ ਅੱਛਾ ਦੂਸਰੀ ਸੀਗੇ ਇੱਥੇ 6ਵੀਂ ਬੇਲੀ ਅੱਛਾ ਤੁਸੀਂ ਅਗਾਂ 6 ਕੀਤੀਆਂ ਹਾਂ ਹਾਂ ਬਸ ਕਰਤੀ ਫਿਰ ਹਾਂ ਗੁੰਜਾਂ ਨੇ ਮੰਡਾਂ ਨੇ ਕੋਰਾਂ ਨੇ ਛਰ ਹਰਾਂ ਜਾ ਕੇ ਬਾਤੀ ਕਰਨ ਲੱਦਰ ਕਰਨ ਇਦਾ ਮਤਲਬ ਧਾਰਤੀ ਹੈ ਤਰਜਮਾ ਕੀ ਇਹ ਤਰਜਮਾ ਦਾ ਹਾਂ ਉਰਦੂ ਚ ਕੀ ਹਾਂ ਪੰਜਾਬੀ ਚ ਹੂੰ ਪੰਜਾਬੀ ਦੀ ਤਰਜਮਾ ਕੀ ਹੈ ਤਰਜਮਾ ਇਹ ਗੁੰਝਾਂ ਨੇ ਮੁੰਡਾਂ ਨੇ ਕੋਰਾ ਨਹੀਂ ਖਰ ਹਰਾਂਜਾ ਦੇ ਬਾਕੀ ਕਰਨ ਦਰ ਗੰਜਾਲੂਲਾ ਜਿੱਤੇ ਉਹ ਕਰਨ ਪੈਦਾ ਕਰੂ ਇਹਦਾ ਇਹ ਮਤਲਬ ਲਿਖਾ ਕੇ ਕਿਸਮਤ ਮੈਂ ਪਰਦੇਸ ਤੋਂ ਵਤਨ ਦੀ ਯਾਦ ਕਿਆ ਕਰਨੀ ਜਹਾਂ ਵੀ ਦਰਦ ਆਖ ਮੋ ਵਾਹ ਫਿਰ ਯਾਦ ਕਿਆ ਕਰਨੀ ਲਿਖਾ ਕਿਸਮਤ ਮੈਂ ਪਰਦੇਸ ਤੇ ਦੀਸ ਕੀ ਯਾਦ ਕਿਆ ਕਰਨੀ Thank mm -hmm.